ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋਂ ਵਾਪਸ ਆ ਕੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਹਲਕਾ ਪੂਰਬੀ ਦੇ ਵੇਰਕਾ ਹਲਕਾ ਵਿੱਚ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਵਿੱਚ ਨਤਮਸਤਕ ਹੋਣ ਦੇ ਲਈ ਪੁੱਜੇ, ਜਿੱਥੇ ਨਵਜੋਤ ਸਿੰਘ ਸਿੱਧੂ ਤਕਰੀਬਨ ਡੇਢ ਘੰਟਾ ਗੁਰੂ ਘਰ ਵਿੱਚ ਬੈਠੇ ਅਤੇ ਪਾਠ ਕੀਤਾ। ਪਰ ਹਮੇਸ਼ਾ ਦੀ ਤਰ੍ਹਾਂ ਸਿੱਧੂ ਨੇ ਇਸ ਮੌਕੇ ਤੇ ਵੀ ਮੀਡੀਆ ਤੋਂ ਦੂਰੀ ਬਣਾਈ ਰੱਖੀ। ਜ਼ਿਕਰਯੋਗ ਹੈ ਕਿ ਇਸ ਮੌਕੇ ਤੇ ਲੋਕਾਂ ਦੇ ਵੱਲੋਂ ਸਿੱਧੂ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣ ਦੇ ਲਈ ਨਾਅਰੇਬਾਜ਼ੀ ਵੀ ਕੀਤੀ ਗਈ। ਉੱਥੇ ਸਾਡੇ ਪੱਤਰਕਾਰ ਧਰਮਵੀਰ ਗਿੱਲ ਦੇ ਵੱਲੋਂ ਸਿੱਧੂ ਦੇ ਕਰੀਬੀ ਮਾਸਟਰ ਹਰਪਾਲ ਸਿੰਘ ਵੇਰਕਾ ਦੇ ਨਾਲ ਖਾਸ ਗੱਲਬਾਤ ਕੀਤੀ ਗਈ। ਦੇਖੋ ਕੀ ਬੋਲੇ ਸਿੱਧੂ ਦੇ ਕਰੀਬੀ ਮਾਸਟਰ ਹਰਪਾਲ ਸਿੰਘ ਵੇਰਕਾ। ਲਾਂਘਾ ਖੁੱਲਣ ਤੋਂ ਬਾਅਦ ਪਾਕਿਸਤਾਨ ਜਾ ਕੇ ਸਿੱਧੂ ਆਏ ਸੀ। ਨਵਜੋਤ ਸਿੰਘ ਸਿੱਧੂ ਜੀ ਅੱਜ ਆਪਣੇ ਹਲਕੇ ਵੇਰਕਿਆਂ ਦੇ ਵਿੱਚ ਨਤਮਸਤਕ ਹੋਣ ਲਈ ਗੁਰਦੁਆਰਾ ਸਾਹਿਬ ਪਹੁੰਚੇ ਸੀ, ਜਿੱਥੇ 3 ਦਿਨ ਤੋਂ ਜਿਹੜੇ ਨੇ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਅੱਜ ਜਿਹੜਾ ਆਰੰਭ ਕੀਤਾ ਪਾਠ ਸੀ ਉਹਨਾਂ ਦੇ ਭੋਗ ਪਾਏ ਗਏ। ਉਹਨੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਹਰਪਾਲ ਵੇਰਕਿਆਂ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਧੰਨਵਾਦ ਜੀ, ਤੁਹਾਡੇ ਚੈਨਲ ਨੂੰ ਵੀ ਬਹੁਤ ਬਹੁਤ ਧੰਨਵਾਦ, ਤੁਹਾਡਾ ਮੀਡੀਆ ਦਾ। ਅੱਜ ਸਰਦਾਰ ਨਵਜੋਤ ਸਿੰਘ ਸਿੱਧੂ ਪਰਸੋਂ ਤੋਂ ਜਿਹੜੇ ਅਖੰਡ ਪਾਠ ਸਾਹਿਬ ਦੇ ਇੱਥੇ ਅਖੰਡ ਪਾਠ ਸਾਹਿਬ ਰੱਖਿਆ ਗਿਆ ਸੀ, ਅੱਜ ਉਹਦੇ ਭੋਗ ਪਾਏ ਗਏ ਆ ਅਤੇ ਅੱਜ ਅਰਦਾਸ ਕੀਤੀ ਗਈ ਆ ਪਰਮਾਤਮਾ ਦੇ ਚਰਨਾਂ ਵਿੱਚ। ਜਿਹੜਾ ਸਿੱਧੂ ਸਾਹਿਬ ਨੇ ਬੜਾ ਵੱਡਾ ਉਪਰਾਲਾ ਸਾਡੀ ਕੌਮ 'ਤੇ, ਬਹੁਤ ਵੱਡਾ ਇੱਕ ਅਹਿਸਾਨ ਸਮਝ ਲਓ ਇਮਰਾਨ ਖਾਨ 'ਤੇ ਉਹਨਾਂ ਨੇ ਕੀਤਾ ਵਾ, ਜਿਹੜਾ ਲਾਂਘਾ ਖਿਲਾ ਕੇ ਜਿਹੜੇ ਖੁੱਲ੍ਹੇ ਦਰਸ਼ਨ ਦਿਦਾਰ ਸੀ ਗੁਰਦੁਆਰਾ ਸਾਹਿਬ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਆ ਉਹਨਾਂ ਦੇ ਦਰਸ਼ਨ ਦਿਦਾਰ ਕਰਾਏ ਆ। ਅਸੀਂ ਬਹੁਤ ਬਹੁਤ ਰਿਣੀ ਆ ਸਰਦਾਰ ਨਵਜੋਤ ਸਿੰਘ ਸਿੱਧੂ ਹੋਣਾਂ ਦੀ। ਪਾਕਿਸਤਾਨ ਜਾਣ ਤੋਂ ਬਾਅਦ ਅੱਜ ਸਿੱਧੂ ਸਾਹਿਬ ਆਪਣੇ ਹਲਕੇ ਦੇ ਵਿੱਚ ਪਹਿਲੀ ਵਾਰ ਨਜ਼ਰ ਆਏ ਨੇ, ਕਿਸ ਤਰ੍ਹਾਂ ਦਾ ਉਤਸ਼ਾਹ ਸੀ ਉਹਨਾਂ ਦਾ ਔਰ ਕਿੰਨਾ ਚਿਰ ਇੱਥੇ ਬੈਠੇ ਨੇ? ਅੱਜ ਸੰਗਤਾਂ ਦਾ ਬਹੁਤ ਜ਼ਿਆਦਾ ਹੀ ਉਤਸ਼ਾਹ ਸੀ ਉਹਨਾਂ ਨੂੰ ਮਿਲਣ ਵਾਸਤੇ, ਉਹਨਾਂ ਦੇ ਚਿਹਰਾ ਵੇਖਣ ਵਾਸਤੇ। ਸੰਗਤਾਂ ਦਾ ਜਿਹੜਾ ਅੱਜ ਠਾਠਾ ਮਾਰਦਾ ਇਕੱਠ ਉਹ ਤੁਸੀਂ ਵੇਖ ਹੀ ਰਹੇ ਜੇ। ਇੱਥੇ ਸਿੱਧੂ ਸਾਹਿਬ ਨੇ ਅੱਜ ਗੁਰਦੁਆਰਾ ਸਾਹਿਬ ਵਿੱਚ ਡੇਢ ਘੰਟਾ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਭਜਨ ਬੰਦਗੀ ਜਿਹੜੀ ਆ ਉਹ ਕੀਤੀ ਆ ਅਤੇ ਡੇਢ ਘੰਟਾ ਇੱਥੇ ਆਪਣਾ ਉਹਨਾਂ ਨੇ ਅੰਤਰ ਧਿਆਨ ਹੋ ਕੇ ਮਹਾਰਾਜ ਦਾ ਜਿਹੜਾ ਨਾਮ ਆ ਜਪਿਆ ਵਾ। ਇੱਕ ਅਸੀਂ ਦੇਖਿਆ ਜੀ ਹੁਣੇ ਜਿਹੜੀ ਸੰਜੇ ਸੀ ਉਹ ਸਿੱਧੂ ਸਾਹਿਬ ਦੇ CM ਸਾਹਿਬ ਦੇ ਨਾਅਰੇ ਲਾ ਰਹੇ ਸੀ ਕਿ ਆਉਣ ਵਾਲੇ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਜੀ, ਕੀ ਕਹਿਣਾ ਚਾਹੁੰਦੇ ਹੋ? ਇਹ ਜੀ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਵਾ ਜਿਹੜੇ ਉਹ ਜਿਹੜਾ ਸਿੱਧੂ ਸਾਹਿਬ ਜਿਹੜੇ ਅਸਲ ਹੀਰੋ ਆ ਇਹ ਲੋਕਾਂ ਦੀਆਂ ਭਾਵਨਾਵਾਂ ਜਿਹੜੇ ਅੱਜ ਜਿਹੜੇ ਨਾਅਰੇ ਮਾਰੇ ਗਏ ਆ। ਅਤੇ ਆਪਣੇ ਹਲਕੇ ਦੇ ਵਿੱਚ ਤੁਸੀਂ ਵੀ ਬੈਨਰ ਲਾਏ ਸੀ, ਪੋਸਟਰ ਲਾਏ ਸੀ ਪਹਿਲਾਂ ਜਦੋਂ ਸਿੱਧੂ ਸਾਹਿਬ ਨੇ ਜਾਣਾ ਸੀ, ਅੱਜ ਵੀ ਤੁਸੀਂ ਕ੍ਰੈਡਿਟ ਜਿਹੜਾ ਸਿੱਧੂ ਸਾਹਿਬ ਨੂੰ ਦਿੰਦੇ ਹੋ ਔਰ ਇਮਰਾਨ ਸਾਹਿਬ ਨੂੰ ਦਿੰਦੇ ਹੋ? ਹਾਂਜੀ, ਮੈਂ ਅੱਜ ਵੀ ਸਰਦਾਰ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਨੂੰ ਜਿਹੜਾ ਵਾ ਉਹ ਅਸਲ ਹੀਰੋ ਦੱਸਦਾ ਵਾਂ। ਤੁਸੀਂ ਵੇਖ ਹੀ ਰਹੇ ਜੇ ਸਾਹਮਣੇ ਸਿੱਧੂ ਸਾਹਿਬ ਦੇ ਜਿਹੜੇ ਪੋਸਟਰ ਆ ਉਹ ਲਗਾਏ ਗਏ ਆ, ਅਸਲ ਹੀਰੋ ਅੱਜ ਵੀ ਇਮਰਾਨ ਖਾਨ ਸਾਹਿਬ ਦੀ ਉੱਥੇ ਫੋਟੋ ਲੱਗੀ ਆ। ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਦੇ। ਪੋਸਟਰ ਵਾਰ ਜਿਹੜੀ ਸੀ ਬੜੀ ਜਿਹੜੀ ਹਾਈਲਾਈਟ ਵੀ ਹੋਇਆ ਸੀ ਮਸਲਾ, ਪੋਸਟਰ ਹਟਾਏ ਵੀ ਗਏ ਸੀ ਪਰ ਤੁਸੀਂ ਆਪਣੇ ਹਲਕੇ ਦੇ ਵਿੱਚ ਅਜੇ ਤਾਂ ਪੋਸਟਰ ਲਾਏ ਨੇ, ਹੁਣ ਕੀ ਕਾਰਪੋਰੇਸ਼ਨ ਨੇ ਇਸ ਨੂੰ ਦੇਤੇ? ਇਹ ਬੜੀਆ ਘਟੀਆ ਗੱਲ ਆ ਜਿਹੜੀ ਕਾਰਪੋਰੇਸ਼ਨ ਜਿਹੜੇ ਕਹਿ ਰਹੇ ਆ ਵੀ ਅਸੀਂ ਹੋਲਡਿੰਗਾਂ ਦੇ ਆਪਣਾ ਜਿਹੜੀਆਂ ਵਾ ਉਹਦੀਆਂ ਪਰਮਿਸ਼ਨਾਂ ਨਹੀਂ ਤਾਂ ਲਾਏ ਆ, ਪਰ ਜਿਹੜੇ ਬਾਈਪਾਸ 'ਤੇ ਲੱਗੇ ਸੀ ਜਿਹੜੇ ਹੋਲਡਿੰਗ ਉਹਨਾਂ ਦੀ ਕਿਹੜੀ ਕੋਈ ਪਰਮਿਸ਼ਨ ਜਾਂ ਉਹ ਕਿ ਕੰਪਨੀ ਕੋਲ ਸੀ? ਅੱਜ ਅਸੀਂ ਵੇਰਕੇ ਦੇ ਵਿੱਚ ਲਾਏ ਆ, ਜਿਹੜਾ ਅੱਜ ਕੋਈ ਲਾਉਣ ਆਊਗਾ ਫਿਰ ਅਸੀਂ ਉਹਦੇ ਨਾਲ ਦੋ ਹੱਥ ਵੀ ਕਰ ਲਾਂਗੇ। ਠੀਕ ਹੈ, ਫੁੱਲਾਂ ਦਾ ਹਾਰ ਬਣਾਏ ਗਏ ਸੀ, ਕਿੰਨੇ ਕੁਇੰਟਲ ਦਾ ਫੁੱਲ ਸੀ ਔਰ ਕੀ ਸੀ ਉਹ? ਇਹ ਜਿਹੜੇ ਫੁੱਲਾਂ ਦਾ ਹਾਰ ਸੀ ਇਹ 48 ਫੁੱਟ ਲੰਮਾ ਸੀ ਅਤੇ 1.5 ਲੱਖ ਤੋਂ ਵੀ ਕੀਮਤ ਦਾ ਜਿਹੜਾ ਸੀ ਇਹ ਸੰਗਤ ਨੇ ਬੜੇ ਪਿਆਰ ਨਾਲ ਉਹ ਦੱਸ ਰਹੇ ਸੀ ਵੀ 5 ਦਿਨ ਇਸ ਹਾਰ ਨੂੰ ਸਾਨੂੰ ਤਿਆਰ ਕਰਨ ਵਾਸਤੇ ਲੱਗੇ। ਬਹੁਤ ਬਹੁਤ ਮਿਹਰਬਾਨੀ ਜੀ। ਇਹ ਸੀ ਹਰਪਾਲ ਸਿੰਘ ਵੇਰਕਿਆ ਜੀ, ਹੋਰ ਵੀ ਸੰਗਤ ਸਾਡੇ ਨਾਲ ਮੌਜੂਦ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ। ਸਿੱਧੂ ਸਾਹਿਬ ਅੱਜ ਮੱਥਾ ਟੇਕਣ ਆਏ ਸੀ, ਕੀ ਕਹਿਣਾ ਚਾਹੁੰਦੇ ਹੋ? ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕਰਨ ਆਏ ਸਨ, ਹਾਜ਼ਰੀਆਂ ਭਰਨ ਆਏ ਸਨ, ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਸੋ ਪ੍ਰਾਪਤ ਪਾਵਨ ਪਵਿੱਤਰ ਧਰਤੀ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਨਗਰਮੀ ਸੁਭਾਗਾ ਬਣਾਇਆ, ਸੁੱਕੇ ਹਰੇ ਕੀ ਇੱਕ ਨੁਮਾਇ ਦਾ ਵਾਰ ਬਖਸ਼ ਕੀਤਾ, ਜੋ ਅੱਜ ਸੁੱਕੇ ਬੱਚੇ ਹਰੇ ਹੁੰਦਾ ਵਾਰ ਬਖਸ਼ ਕੀਤਾ, ਇੱਥੋਂ ਬੜੇ ਬੱਚੇ ਔਰ ਸੰਗਤਾਂ ਇਸ਼ਨਾਨ ਕਰਕੇ ਆਪਣੀ ਸਿਹਤ ਜਾਪੀ ਤੰਦਰੁਸਤੀਆਂ ਪ੍ਰਾਪਤ ਕਰ ਰਹੇ ਨੇ। ਅੱਜ 550 ਸਾਲਾਂ ਦੇ ਗੁਰਪੁਰਬ ਦੇ ਸੰਬੰਧ ਵਿੱਚ ਠਾਠਾਂ ਮਾਰਦਾ ਸਮੁੰਦਰ ਸੰਗਤਾਂ ਦਾ ਅੱਜ ਹਾਜ਼ਰ ਹੋਇਆ ਹੈ, ਇੱਕ ਦੂਜੇ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ ਦਿੱਤੀਆਂ ਨੇ ਅਤੇ ਸਤਿਗੁਰੂ ਬਖਸ਼ ਕਰਨ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਧੂ ਸਾਹਿਬ ਇਮਰਾਨ ਖਾਨ ਹੋਣਾਂ ਦੇ ਯਤਨਾ ਸਦਕਾ, ਜੋ ਕਿ 75 ਸਾਲਾਂ ਤੋਂ ਸਾਰੀ ਸੰਗਤ ਅਰਦਾਸਾਂ ਬੇਨਤੀਆਂ ਕਰ ਰਹੇ ਸਨ, ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਜੋ ਕਿ ਸ਼੍ਰੀ ਕਰਤਾਰਪੁਰ ਦਾ ਲਾਂਘੇ ਦੀ ਬਖਸ਼ਿਸ਼ ਕੀਤੀ ਹੈ।
और संगतां बड़िया उत्थे श्रद्धा भाव नाल जा रही ने और हाजरियां भारियां ने दर्शन दीदारे कर रहे हैं। सो संधू संगतां नूं अज लख लख वधाई मुबारक दिंदा खिमां दा जा। हाँ जी सर, अज सिद्धू साहब इत्थे नाने साहब गुरुद्वारा साहब नतमस्तक होण आए सी और इत्थे नारे भी लाए गए ने कि मुख्यमंत्री आने वाले पंजाब दे की कहना चाहुंदे। देखो जी, सारी दुनिया तक सिद्धू साहब का नाँ रहना वा, सुनहरी अखरों के सिद्धू साहब का नाँ लिखा गया वा, रही दुनिया तक सिद्धू साहब का जोड़ा ये नाम वा कपूर साहब के नाम के नाम न जाने जाऊगा। तो सिख जिन्ना भी अपने पंजाब का सिख भाईचारा वा वो चाहता वा कि हुण सिद्धू साहब आप मुख्यमंत्री के रूप में वेखीए। आपां बादल साहब नूं वेख लिया वा, कैप्टन नूं वेख लिया वा, जो कि नाकामयाब मुख्यमंत्री होए ने। हुण सिद्धू साहब नूं एक वारी मौका देना चाहुंदी आ पंजाब की जिहड़ी जनता वा, तो अं चो अं भी चाहते हैं कि सिद्धू साहब ने एक बारी पंजाब का मुख्यमंत्री के रूप में वेखिए। बहुत बहुत मेहरबानी जी। यह अमृतसर हलका जिहड़ा पूर्वी के वेरके हल्के नवजोत सिद्धू जिहड़े ने नानकसर गुरद्वारा नतमस्तक होने आए थे, पर जदों मत्था टेक के बाहर आएगा सारी संगत ने आने वाले मुख्यमंत्री के जिहड़े नारे ने नवजोत सिद्धू के पक्ष में चलाए ने, उन्हां दा कहना कि आने वाला सीएम साडा नवजोत सिद्धू होना चाहिए है। TVNRI लई अमृतसर तो धर्मवीर गिल की रिपोर्ट। देश दुनिया की हर वड्डी खबर के लिए TVNRI यूट्यूब चैनल सब्सक्राइब करो और बैल आइकन दबाना बिल्कुल ना भूलना।